ਬਹੁਤ ਸਾਰੇ ਲੋਕਾਂ ਨੂੰ ਸਪੈਸ਼ਲੀ ਜਿਹੜੇ ਸਪਾਊਸ ਵੀਜ਼ਾ ਮੇਰੇ ਤੋਂ ਲਗਵਾ ਚੁੱਕੇ ਹੈ ਜਾਂ ਮੇਰੇ ਨਾਲ ਗੱਲਬਾਤ ਕਰਦੇ ਹਨ, ਉਹਨਾਂ ਨੂੰ ਪਤਾ ਹੈ ਕਿ ਸਪਾਊਸ ਵੀਜ਼ਾ ਮੇਰਾ ਇੱਕ ਪਸੰਦੀਦਾ ਟੌਪਿਕ ਹੈ। ਸਪਾਊਸ ਵੀਜ਼ਾ ਐਂਡ ਮੈਰਿਜ ਸਪੌਂਸਰਸ਼ਿਪ ਫਰੋਮ PR ਔਰ ਕੈਨੇਡੀਅਨ ਸਿਟੀਜ਼ਨ। ਅਤੇ ਦੂਸਰਾ, ਮੈਂ ਸਿਰਫ ਰਿਫਿਊਜ਼ਲ ਕੇਸਿਸ ਲੈਣਾ ਪਸੰਦ ਕਰਦਾ ਕਿਉਂਕਿ ਮੇਰਾ ਸ਼ੌਕ ਹੈ ਇਮੀਗ੍ਰੇਸ਼ਨ ਲਾਅ ਦੇ ਬਾਰੇ ਰਿਸਰਚ ਕਰਨਾ। ਵੀਜ਼ਾ ਅਫਸਰ ਕਿਹੜੇ ਕਿਹੜੇ ਸਵਾਲ ਪੁੱਛ ਰਹੇ ਹੈ, ਉਹਦਾ ਦਾ ਕੀ ਇੱਕ ਜਵਾਬ, ਪ੍ਰੋਪਰ ਜਵਾਬ, ਕਾਨੂੰਨੀ ਜਵਾਬ ਦੇਣਾ ਚਾਹੀਦਾ ਸਾਨੂੰ। ਲਾਅ ਕੀ ਕਹਿ ਰਿਹਾ, ਪੁਰਾਣੇ ਕੇਸਿਸ ਵਿੱਚ ਕੀ ਹੋਇਆ, ਇਮੀਗ੍ਰੇਸ਼ਨ ਰਿਫਿਊਜੀ ਬੋਰਡ ਅਗਰ ਕੋਈ ਕੇਸ ਗਿਆ, ਅਪੀਲ ਵਿੱਚ ਜੱਜ ਨੇ ਕੀ ਕਿਹਾ। ਮੇਰਾ ਜ਼ਿਆਦਾ ਜ਼ਿਆਦਾ ਮੇਰਾ ਸਮਾਂ ਜਿਹੜਾ ਦਿਨ ਦਾ ਸਮਾਂ ਹੈ ਉਹ ਜ਼ਿਆਦਾ ਜ਼ਿਆਦਾ ਸਮਾਂ ਮੇਰਾ ਬੀਤਦਾ ਹੈ ਪੁਰਾਣੇ ਕੇਸਿਸ ਨੂੰ ਸਟੱਡੀ ਕਰਨਾ ਅਤੇ ਇਮੀਗ੍ਰੇਸ਼ਨ ਲਾਅ ਦੇ ਕਾਨੂੰਨ ਸੈਕਸ਼ਨ ਨੂੰ ਇੰਟਰਪ੍ਰੇਟ ਕਰਕੇ ਉਹਨੂੰ ਸਹੀ ਸਿਚੁਏਸ਼ਨ ਵਿੱਚ ਅਪਲਾਈ ਕਰਨਾ। ਡੈਟ ਇਜ਼ ਮਾਈ ਜੋਬ। ਉਸੇ ਸੀਰੀਜ਼ ਦੇ ਤਹਿਤ ਮੈਂ ਜਿਹੜੇ ਲੋਕ ਇੰਟਰਵਿਊ ਕਰਕੇ ਮੁੜਦੇ ਹੈ ਐਮਬੈਸੀ ਤੋਂ, ਹਾਈ ਕਮਿਸ਼ਨ ਤੋਂ, ਉਹਨਾਂ ਨੂੰ ਮੈਂ ਆਪ ਇੰਟਰਵਿਊ ਕਰਦਾ, ਉਹਨਾਂ ਨੂੰ ਪੁੱਛਦਾ ਕਿ ਵੀ ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਇਆ। ਤੁਹਾਨੂੰ ਸ਼ਾਇਦ ਯਾਦ ਹੋਊਗਾ ਪੁਰਾਣੇ ਜ਼ਮਾਨੇ 'ਚ, ਅੱਜ ਕੱਲ੍ਹ ਤਾਂ ਸ਼ਾਇਦ ਮੈਨੂੰ ਪਤਾ ਨਹੀਂ, ਪੁਰਾਣੇ ਜ਼ਮਾਨੇ 'ਚ ਆਪਾਂ ਜਦ ਇਗਜ਼ਾਮ ਦੇ ਕੇ ਨਿਕਲਦੇ ਸੀ ਤਾਂ ਲੋਕ ਪੁੱਛਦੇ ਦੱਸੋ ਕਿਹੜੇ ਕਿਹੜੇ ਸਵਾਲ ਪੁੱਛੇ ਗਏ। ਉਸ ਸਵਾਲਾਂ ਨੂੰ ਯਾਦ ਕਰਕੇ ਮੈਮਰੀ ਰਿਟੈਂਸ਼ਨ ਟਾਈਪ ਹੁੰਦਾ ਸੀ ਕਿ ਵੀ ਇਹ ਸਵਾਲ ਆਏ ਹੈ ਜੀ, ਮੁੜ ਕੇ ਇਸ ਤਰ੍ਹਾਂ ਦੇ ਸਵਾਲ ਆਉਣ ਦੀ ਉਮੀਦ ਹੈ ਅਗਲੇ ਸਾਲ ਵੀ, ਅਗਲੇ ਸਮੈਸਟਰ ਵੀ। ਜਸਟ ਲਾਈਕ ਸਿਮਿਲਰਲੀ, ਮੈਂ ਜੋ ਵੀ ਇੰਟਰਵਿਊ ਤੋਂ ਬਾਹਰ ਆਉਂਦਾ ਹੈ, ਹਾਈ ਕਮਿਸ਼ਨ ਤੋਂ ਬਾਹਰ ਆ ਕੇ, ਉਹਨਾਂ ਨੂੰ ਮੈਂ ਫਿਰ ਆਪ ਇੰਟਰਵਿਊ ਕਰਕੇ ਪੁੱਛਦਾ ਕਿ ਵੀ ਦੱਸੋ ਅਗਰ ਜੇ ਤੁਸੀਂ ਮੇਰੇ ਤੋਂ ਕਾਉਂਸਲਿੰਗ ਲਈ ਹੈ ਤਾਂ ਉਸ ਕਾਉਂਸਲਿੰਗ ਦੇ ਬਾਅਦ ਤੁਹਾਨੂੰ ਕੋਈ ਫਾਇਦਾ ਹੋਇਆ ਜਾਂ ਕੋਈ ਨਵੇਂ ਸਵਾਲ ਤੁਹਾਨੂੰ ਪੁੱਛੇ ਗਏ ਜਿਹੜੇ ਮੈਨੂੰ ਨਹੀਂ ਪਤਾ ਸੀ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਅਤੇ ਕੀ ਕੁਛ ਉਹਨਾਂ ਨੇ ਪੁੱਛਿਆ, ਕਾਨੂੰਨ ਦਾ ਕੀ ਹਵਾਲਾ ਦਿੱਤਾ, ਉਹਦੇ ਉਹਨੂੰ ਲੈ ਕੇ ਫਿਰ ਆਪਾਂ ਇੱਕ ਆਪਣੀ ਸਟ੍ਰੈਟਜੀ ਨੂੰ ਰਿਫਾਈਨ ਕਰਦੇ ਹਾਂ। ਉਸੇ ਸੀਰੀਜ਼ ਦੇ ਤਹਿਤ ਇੱਕ ਮੈਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ, ਇੱਕ ਮੈਂ ਕਿਸੇ ਦਾ ਨਾਮ ਨਹੀਂ ਰਿਵੀਲ ਕਰਨਾ ਇਸ ਵਕਤ, ਉਹਨਾਂ ਦਾ ਇੰਟਰਵਿਊ ਹੋਇਆ ਸੀ ਹਾਈ ਕਮਿਸ਼ਨ ਰੀਸੈਂਟਲੀ, ਜਸਟ ਅਬਾਊਟ ਮੇਰੇ ਖਿਆਲ ਹਫ਼ਤਾ 10 ਦਿਨ ਪਹਿਲਾਂ। ਅਤੇ ਉਹਨਾਂ ਨੇ ਜੋ ਕੁਛ ਦੱਸਿਆ ਹੈ ਉਹਦੀ ਮੈਂ ਇੱਕ ਆਡੀਓ ਰਿਕਾਰਡਿੰਗ ਪਲੇ ਕਰਾਂਗਾ, ਤੁਸੀਂ ਵੀ ਧਿਆਨ ਨਾਲ ਸੁਣਨਾ ਅਤੇ ਸ਼ਾਇਦ ਤੁਹਾਨੂੰ ਵੀ ਫਾਇਦਾ ਹੋਏਗਾ ਅਤੇ ਬਾਕੀ ਸ਼ੇਅਰ ਕਰਨਾ, ਦੇਖਣਾ ਕਿ ਵੀ ਲੋਕਾਂ ਨੂੰ ਹੋਰ ਫਾਇਦਾ ਹੋ ਸਕਦਾ ਹੈ। ਇੰਟਰਵਿਊ ਕੁਐਸਚਨ ਜਿਹੜੇ ਸਪਾਊਸ ਵੀਜ਼ਾ ਰੀਸੈਂਟਲੀ ਨਿਊ ਦਿੱਲੀ ਹਾਈ ਕਮਿਸ਼ਨ 'ਚ ਪੁੱਛੇ ਜਾ ਰਹੇ ਹੈ। ਥੈਂਕ ਯੂ ਵੈਰੀ ਮੱਚ ਐਂਡ ਲਿਸਨ ਟੂ ਦਿਸ ਰਿਕਾਰਡਿੰਗ। ਓਕੇ ਮਹਿੰਦਰ, ਦੱਸੋਗੇ ਜਰਾ ਕਿਸ ਤਰ੍ਹਾਂ ਹੋਇਆ ਤੁਹਾਡਾ ਇੰਟਰਵਿਊ, ਕਿਸ ਤਰ੍ਹਾਂ ਤੁਸੀਂ ਗਏ ਅੰਦਰ, ਕਿਸ ਤਰ੍ਹਾਂ ਤੁਹਾਨੂੰ ਗ੍ਰੀਟਿੰਗ ਹੋਈ, ਫਿਰ ਇੰਟਰਵਿਊ 'ਚ ਕੀ ਕੁਝ ਪੁੱਛਿਆ ਗਿਆ? ਹਾਂਜੀ ਸਰ, ਮੇਰੀ ਜਿੱਦਾਂ ਲਾਸਟ ਮੰਡੇ ਇੰਟਰਵਿਊ ਸੀਗੀ, ਓਕੇ, ਤੇ 1 ਵਜੇ ਸੀਗੀ ਮੇਰੀ ਦੁਪਹਿਰ ਦੇ, ਓਕੇ, ਤੇ ਇੱਕ ਵਿੱਚ ਜਦੋਂ ਮੈਂ ਐਂਟਰੀ ਕਰ ਲਈ ਸੀਗੀ ਉੱਥੇ ਕੈਨੇਡਾ ਹਾਈ ਕਮਿਸ਼ਨ, ਓਕੇ, ਐਂਡ ਇੰਟਰਪ੍ਰੀਟਰ ਸਰ ਮੈਂ ਜਿੱਦਾਂ ਨਾਲ ਕੀਤਾ ਹੋਇਆ ਸੀਗਾ, ਓਕੇ, ਤੇ ਉਹਨਾਂ ਨੇ ਮੇਰੀ ਐਂਟਰੀ ਕਰਵਾਈ ਸੀ, ਉਹਨਾਂ ਦੇ ਥਰੂ ਐਂਟਰ ਹੋਇਆ ਮੈਂ, ਓਕੇ, ਬਿਲਕੁਲ। ਆਫਟਰ ਸਰ ਦੈਟ ਫਿਰ ਅਸੀਂ ਅੰਦਰ ਜਾ ਕੇ ਮੈਂ ਬੈਠ ਗਿਆ ਸੀਗਾ, ਠੀਕ ਹੈ, ਬਿਲਕੁਲ ਸਰ। ਤੇ ਉਸ ਤੋਂ ਬਾਅਦ ਮਤਲਬ ਮੇਰੇ ਨਾਲ 6 ਹੋਰ ਕੈਂਡੀਡੇਟ ਸੀਗੇ ਜਿਹਨਾਂ ਦੀ ਇੰਟਰਵਿਊ ਸੀਗੀ, ਬਿਲਕੁਲ, ਮੇਰੀ ਥਰਡ ਟਰਮ ਸੀਗੀ ਸਰ, ਕੈਬਨ ਸੀਗੇ ਉੱਥੇ, ਮਤਲਬ ਦੋ ਹੀ ਕੈਬਨ ਸੀਗੇ, 8 ਸੀਗਾ ਇੱਕ, 9 ਸੀਗਾ, ਓਕੇ, ਬਿਲਕੁਲ ਬਿਲਕੁਲ। ਤੇ 8 ਨੰਬਰ ਵਿੱਚ ਮੇਰੀ ਟਰਨ ਆ ਗਈ ਸੀ ਸਰ, ਮਤਲਬ 2:30 ਵਜੇ, ਤੇ ਫਿਰ ਅੰਦਰ ਗਿਆ, ਮੈਡਮ ਸੀਗੀ ਉੱਥੇ ਫੋਰਨਰ, ਬਿਲਕੁਲ, ਤੇ ਉਹਨਾਂ ਨੇ ਪਾਸਪੋਰਟ ਮੰਗਿਆ ਸਰ, ਮੇਰੀ ਆਇਡੈਂਟੀ ਕੀਤੀ ਉਹਨਾਂ ਨੇ ਆਇਡੈਂਟੀ, ਤੇ ਮੇਨ ਉਹਨਾਂ ਦਾ ਸਭ ਤੋਂ ਫਸਟ ਕੁਐਸਚਨ ਇਹੀ ਸੀਗਾ ਕਿ ਤੁਹਾਡੀ ਵਾਈਫ ਕਿਹੜੇ ਕਾਲਜ 'ਚ ਸਟੱਡੀ ਕਰ ਰਹੀ ਹੈ, ਤੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ, ਸੈਪਟੈਂਬਰ ਇਨਟੇਕ ਦੇ ਵਿੱਚ ਉਹਨਾਂ ਦੀ ਆਪਣਾ ਕੋਰਸ ਸਟਾਰਟ ਹੋਇਆ ਸੀਗਾ, ਤੇ ਕੋਰਸ ਦਾ ਨਾਮ ਦੱਸਿਆ, ਕਾਲਜ ਦਾ ਨੇਮ ਦੱਸਿਆ, ਜਗ੍ਹਾ ਕਿਹੜੀ ਜਗ੍ਹਾ ਹੈਗੀ ਆ ਕੈਨੇਡਾ ਦੇ ਵਿੱਚ। ਆਫਟਰ ਦੈਟ ਫਿਰ ਉਹਨਾਂ ਨੇ ਮੇਰੇ ਤੋਂ ਥੋੜਾ ਆਪਣਾ ਮੈਰਿਜ ਦਾ ਪੁੱਛਿਆ ਕਿ ਤੁਹਾਡੀ ਕਦੋਂ ਮੈਰਿਜ ਹੋਈ ਤੇ ਕਿੰਨੀ ਦੇਰ ਆਫਟਰ ਮੈਰਿਜ ਉਹ ਤੁਹਾਡੇ ਨਾਲ ਰਹੇ, ਮੈਰਿਜ ਕਦੋਂ ਹੋਈ ਤੇ ਕਿੰਨਾ ਚਿਰ ਤੁਸੀਂ ਇਕੱਠੇ ਰਹੇ। ਬਿਲਕੁਲ ਬਿਲਕੁਲ ਸਰ, ਆਫਟਰ ਮੈਰਿਜ, ਓਕੇ, ਮਤਲਬ ਬਾਹਰ ਆਉਣ ਤੋਂ ਪਹਿਲਾਂ ਤੁਸੀਂ ਕਿੰਨਾ ਦੇਰ ਇਕੱਠੇ ਰਹੇ, ਓਕੇ, ਬਿਲਕੁਲ। ਫਿਰ ਮੈਂ ਉਹਨੂੰ ਦੱਸਿਆ ਕਿ 2 ਮੰਥ ਅਸੀਂ ਇਕੱਠੇ ਰਹੇ ਸੀ ਆਫਟਰ ਮੈਰਿਜ, ਸਾਡੀ ਮਤਲਬ ਮੈਰਿਜ ਪਹਿਲਾਂ ਹੀ ਹੋ ਜਾਣੀ ਸੀ ਨਵੰਬਰ ਦੇ ਵਿੱਚ, ਬਟ ਉਹ ਕੁਛ ਇੰਸੀਡੈਂਟਸ ਹੋ ਗਿਆ ਸੀਗਾ, ਮੇਰੇ ਵਾਈਫ ਦੇ ਜਿਹੜੇ ਫਾਦਰ ਐਕਸਪਾਇਰ ਹੋ ਗਏ ਸੀਗੇ, ਉਹਨਾਂ ਦੇ ਕਰਕੇ ਦੱਸਿਆ ਕਿ ਇੱਦਾਂ ਸਾਨੂੰ ਮੈਰਿਜ ਡਿਲੇ ਕਰਨੀ ਪਈ, ਤੇ ਦੈਟ ਟਾਈਮ ਉਹ ਸਾਡੀ ਮਤਲਬ ਫੇਸਬੁੱਕ ਵਗੈਰਾ ਤੇ ਚੈਟ ਸੀਗੀ, ਮੈਂ ਉਹਨਾਂ ਨੂੰ ਦੱਸਿਆ ਕਿ ਆ ਦੇਖੋ ਮਤਲਬ ਸਾਡੀ ਗੱਲ ਪਹਿਲਾਂ ਤੋਂ ਹੀ ਹੋ ਰਹੀ ਸੀਗੀ, ਤੇ
ਵਟਸਐਪ ਵੀ ਸਰ ਮੋਬਾਈਲ ਵਗੈਰਾ ਮਤਲਬ ਚੇਂਜ ਕਰ ਲਿਆ ਸੀ, ਨੰਬਰ ਵੀ ਉਹਦਾ ਕੈਨੇਡਾ ਦਾ ਨੰਬਰ ਆ ਗਿਆ ਸੀ, ਵਟਸਐਪ ਦੀ ਚੈਟ ਉਸ ਟਾਈਮ ਦੀ ਨਹੀਂ ਸੀਗੀ। ਹੈਲੋ, ਮੈਂ ਸੁਣਿਆ ਤੁਹਾਡੀ ਗੱਲ, ਸੁਣਿਆ ਬੋਲੀਏ। ਓਕੇ ਸਰ, ਉਹਦੀ ਚੈਟ ਉਸ ਟਾਈਮ ਦੀ ਨਹੀਂ ਸੀਗੀ, ਬਟ ਫਿਰ ਵੀ ਸੈਪਟੈਂਬਰ ਤੋਂ ਲੈ ਕੇ ਮਤਲਬ ਸਟਿਲ ਲਾਸਟ ਵੀਕ ਤੱਕ ਦੀ ਚੈਟ ਜਿਹੜੀ ਸੀ ਮੈਂ ਉਹਨਾਂ ਨੂੰ ਦਿਖਾਈ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਕੰਮ ਕੀ ਕਰ ਰਹੇ ਹੋ, ਇਨਰੋਲਮੈਂਟ ਲੈਟਰ ਦਾ ਉਹਨਾਂ ਨੇ ਕਿਹਾ ਕਿ ਇਨਰੋਲਮੈਂਟ ਲੈਟਰ ਦਿਖਾਓ। ਮੈਂ ਉਹਨਾਂ ਨੂੰ ਜਿਹੜੀ ਆ ਰੀਸੈਂਟਲੀ ਕਢਵਾਈ ਸੀ ਮਾਰਚ ਦੀ ਇਨਰੋਲਮੈਂਟ ਲੈਟਰ ਉਹਨਾਂ ਨੂੰ ਦਿਖਾਈ, ਤੇ ਆਫਟਰ ਦੈਟ ਮੈਂ ਉਹਨਾਂ ਨੂੰ ਦੱਸਿਆ ਕਿ ਉਹਦਾ ਫਸਟ ਟਾਈਮ ਦਾ ਜਿਹੜਾ ਰਿਜ਼ਲਟ ਆ ਚੁੱਕਾ ਹੈ, ਤੇ ਉਹਦੀ ਟ੍ਰਾਂਸਕ੍ਰਿਪਟ ਵੀ ਮੈਂ ਉਹਨਾਂ ਨੂੰ ਦਿਖਾਈ। ਤੇ ਫਿਰ ਉਹਨਾਂ ਨੇ ਪੁੱਛਿਆ ਕਿ ਦੋ ਚਾਰ ਗੱਲਾਂ ਪੁੱਛੀਆਂ ਮਨਪ੍ਰੀਤ ਦੇ ਆਪਣਾ ਰਿਲੇਟਡ ਕਿ ਮਤਲਬ ਫ੍ਰੀ ਟਾਈਮ ਕੀ ਕਰਦੇ ਹੋ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮਤਲਬ ਮੇਨ ਕੁਕਿੰਗ ਦਾ ਉਹਨਾਂ ਨੂੰ ਸ਼ੌਂਕ ਹੈਗਾ ਆ, ਤੇ ਕੁਕਿੰਗ ਕਰਦੀ ਹੈ ਫ੍ਰੀ ਟਾਈਮ, ਤੇ ਥੋੜਾ ਬਹੁਤ ਬਾਹਰ ਮਤਲਬ ਇੱਕ ਤਾਂ ਥੋੜਾ ਸਨੋ ਬਹੁਤ ਲਾਈਕ ਕਰਦੀ, ਜਿੱਦਾਂ ਉਹ ਸਨੋ ਚ ਥੋੜਾ ਟਾਈਮ ਸਪੈਂਡ ਕਰ ਦਿੰਦੀ ਹੈਗੀ ਆ, ਜਿਵੇਂ ਤੋਂ ਉਹਦੀਆਂ ਫੋਟੋਜ਼ ਵਗੈਰਾ ਸੀਗੀਆਂ ਸਨੋ ਵਾਲੀਆਂ ਵੀ ਸਾਰੀਆਂ। ਬਿਲਕੁਲ ਬਿਲਕੁਲ। ਫਿਰ ਉਹਨਾਂ ਨੇ ਮੇਰੇ ਤੋਂ ਆਫਟਰ ਮੈਰਿਜ ਫੋਟੋਜ਼ ਮੰਗੀਆਂ, ਮੈਂ ਆਫਟਰ ਮੈਰਿਜ ਫੋਟੋਜ਼ ਮਤਲਬ ਮੇਰੇ ਤੋਂ 250 ਤੋਂ 300 ਫੋਟੋ ਸੀਗੀਆਂ। ਆਪਣਾ ਰੂਮ ਵਗੈਰਾ ਦੀਆਂ ਫੋਟੋ ਸੀਗੀਆਂ। ਫਿਰ ਆਫਟਰ ਮੈਰਿਜ ਜਿੱਦਾਂ ਅਸੀਂ ਦਰਬਾਰ ਸਾਹਿਬ ਗਏ, ਗੁਰਦੁਆਰੇ ਗਏ, ਰਿਸ਼ਤੇਦਾਰਾਂ ਦੇ ਗਏ, ਸਾਰੀਆਂ ਫੋਟੋ ਸੀਗੀਆਂ। ਤੇ ਆਫਟਰ ਦੈਟ ਉਹਨਾਂ ਨੇ ਫਿਰ ਮੇਰੇ ਤੋਂ ਮੈਰਿਜ ਐਲਬਮ ਬਾਰੇ ਉਹਨਾਂ ਨੇ ਪੁੱਛਿਆ। ਮੈਂ ਮੈਰਿਜ ਐਲਬਮ ਮੈਂ ਆਪਣੀ ਦਿਖਾਤੀ ਪਹਿਲਾਂ ਸਰ, ਆਪਣੀ ਸਾਈਡ ਦੀ। ਫਿਰ ਇਸ ਤੋਂ ਬਾਅਦ ਮੈਂ ਮਨਪ੍ਰੀਤ ਸਾਈਡ ਦੀ ਵੀ ਦਿਖਾਤੀ ਸੀਗੀ। ਫਿਰ ਇੱਕ ਦੋ ਬਹੁਤ ਉਹਨਾਂ ਨੇ ਦੱਸਿਆ ਕਿ ਪੁੱਛਿਆ ਮੈਨੂੰ ਕਿ ਇਹ ਫੋਨ ਨੇ, ਮੈਂ ਉਹਨਾਂ ਨੂੰ ਦੱਸਿਆ ਕਿ ਮਤਲਬ ਉਹਨਾਂ ਦੇ ਮੇਰੇ ਵਾਈਫ ਦੇ ਜਿਹੜੇ ਆ ਮਾਮਾ ਜੀ ਨੇ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕੋਈ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਫਰੈਂਡ ਹੋਵੇ। ਮੈਂ ਦੱਸਿਆ ਮੇਰੀ ਕਜ਼ਨ ਸਿਸਟਰ ਇੱਕ ਹੈਗੀ ਆ, ਇਸ ਜਗ੍ਹਾ 'ਚ ਉਹ ਰਹਿ ਰਹੀ ਆ, ਤੇ ਆਫਟਰ ਦੈਟ ਇੱਕ ਮੇਰਾ ਫਰੈਂਡ ਹੈਗਾ ਆ, ਉਹ ਆਪਣੀ ਫੈਮਿਲੀ ਨਾਲ ਰਹਿ ਰਿਹਾ ਹੈ। ਫਿਰ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਫਰੈਂਡ ਕੰਮ ਕੀ ਕਰਦਾ ਆ। ਮੈਂ ਉਹਨਾਂ ਨੂੰ ਦੱਸਿਆ ਕਿ ਵੈਸੇ ਉਹ ਆਪਣਾ ਕਾਰਪੈਂਟਰ ਦਾ ਕੰਮ ਕਰ ਰਿਹਾ ਆ, ਗੁੱਡ ਵਰਕ। ਤੇ ਉਹਨਾਂ ਨੇ ਪੁੱਛਿਆ ਕਿ ਕੈਨੇਡਾ ਅਲਾਓ ਨਹੀਂ ਕਰਦੀ, ਜੇ ਤੁਹਾਡਾ ਫਰੈਂਡ ਪੀ ਆਰ 'ਤੇ ਨਹੀਂ ਆ ਤਾਂ ਉਹ ਕੰਮ ਕਿੱਦਾਂ ਕਰ ਰਿਹਾ। ਮੈਂ ਉਹਨੂੰ ਦੱਸਿਆ ਕਿ ਉਹਨਾਂ ਦੀ ਫੈਮਿਲੀ ਪੀ ਆਰ ਹੈਗੀ, ਬਟ ਉਹ ਵਰਕ ਪਰਮਿਟ 'ਤੇ ਹੈਗਾ। ਓਕੇ, ਬਿਲਕੁਲ ਬਿਲਕੁਲ ਸਰ। ਤੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਕਿ ਅੱਗੇ ਕੀ ਪਲਾਨ ਤੁਹਾਡਾ ਹੈਗਾ ਵਾਈਫ ਦਾ। ਫਿਰ ਮੈਂ ਇਹੀ ਦੱਸਿਆ ਕਿ ਐਟ ਪ੍ਰੈਜ਼ੈਂਟ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਉਹ ਸਟੱਡੀ 'ਤੇ ਹੈਗੀ ਆ। ਆਫਟਰ ਦੈਟ ਜਿੱਦਾਂ ਪ੍ਰੈਕਟੀਕਲ ਵਗੈਰਾ ਸਾਰਾ ਉਹ ਮਤਲਬ ਸਿੱਖ ਕੇ ਮੇ ਬੀ ਆਪਾਂ ਇੰਡੀਆ ਦੇ ਵਿੱਚ ਆਪਣਾ ਜਿਹੜਾ ਹੈਗਾ ਆ ਕਿੰਡਰਗਾਰਟਨ ਵਗੈਰਾ ਵੀ ਖੋਲ ਸਕਦੇ ਹਾਂ। ਬਿਲਕੁਲ। ਤੇ ਉਹਨਾਂ ਦਾ ਮਤਲਬ ਮੇਨ ਇਹ ਆ ਕਿ ਉਹ ਆਫਟਰ ਸਟੱਡੀ ਪਹਿਲਾਂ ਪ੍ਰੈਕਟਿਸ ਜਿੰਨੀ ਹੈਗੀ ਉਨੀ ਵੱਧ ਤੋਂ ਵੱਧ ਕਰਨਾ ਚਾਹੁੰਦੀ ਆ। ਤੇ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਮੈਰਿਜ ਤੋਂ ਪਹਿਲਾਂ ਵੀ ਕਦੀ ਟਰਾਈ ਕੀਤਾ ਸੀਗਾ। ਮੈਂ ਕਿਹਾ ਨਹੀਂ, ਮੈਰਿਜ ਤੋਂ ਪਹਿਲਾਂ ਅਸੀਂ ਕਦੀ ਨੀ ਟਰਾਈ ਕੀਤਾ ਸੀਗਾ ਕੈਨੇਡਾ ਲਈ। ਬਿਲਕੁਲ ਬਿਲਕੁਲ, ਬਸ ਇਹ ਚੀਜ਼ਾਂ ਪੁੱਛਿਆ। ਫਿਰ ਉਹ ਕਹਿੰਦੇ ਓਕੇ ਕੋਈ ਗੱਲ ਨੀ, ਅਸੀਂ ਜੋ ਵੀ ਹੈ ਡਿਸੀਜਨ ਤੁਹਾਨੂੰ ਦੱਸ ਦਾਂਗੇ। ਓਕੇ, ਬਿਲਕੁਲ। ਕੋਈ ਕੋਈ ਇੰਡੀਕੇਸ਼ਨ ਇਹਨਾਂ ਨੇ ਦਿੱਤਾ ਨਹੀਂ ਕਿ ਲਿਖਿਆ ਸੀ ਪੜ੍ਹ ਕੇ ਸੁਣਾਓਗੇ ਸਰ? ਮੇਰੇ ਖਿਆਲ ਇਹਨਾਂ ਨੇ ਇਹ ਲਿਖਿਆ ਨਾ ਕਿ ਵੀ ਤੁਸੀਂ ਵਾਪਸ ਨਹੀਂ ਆਓਗੇ ਸ਼ਾਇਦ। ਹਾਂਜੀ ਹਾਂਜੀ, ਰਿਫਿਊਜ਼ਲ ਲੈਟਰ ਤੇ ਸਰ ਮੇਨ ਉਹਨਾਂ ਨੇ ਇਹ ਲਿਖਿਆ ਆ ਕਿ ਆਈ ਐਮ ਨੋਟ ਸੈਟੀਸਫਾਈਡ ਦੈਟ ਯੂ ਵਿਲ ਲੀਵ ਕੈਨੇਡਾ ਐਟ ਦਾ ਐਂਡ ਆਫ ਯੂਅਰ ਸਟੇ ਐਜ਼ ਸਟਿਪੂਲੇਟਡ ਇਨ ਸਬਸੈਕਸ਼ਨ 201 ਆਫ ਦਾ IRPR। ਸਮਝ ਗਿਆ, ਬੇਸਡ ਔਨ ਦਾ ਪਰਪਸ ਆਫ ਯੂਅਰ ਵਿਜ਼ਿਟ। ਸਮਝ, ਤੁਹਾਡਾ ਕੇਸ ਸਰ ਜੀ ਕੋਈ ਵੀ ਔਖਾ ਨਹੀਂ ਕੇਸ ਹੈ,
ਇਟ ਵਿਲ ਹੈਪਨ। ਦੇਖੋ ਤੁਹਾਨੂੰ ਮੈਂ ਇੱਕ ਥੋੜਾ ਜਿਹਾ ਬੈਕਗ੍ਰਾਉਂਡ ਦੱਸਦਾ, ਇਹਦਾ ਹੈ ਕੀ ਹੈ। ਜਿੰਨੇ ਵੀ ਸਟੂਡੈਂਟ ਜਾ ਰਹੇ ਹੈ ਇੰਡੀਆ ਤੋਂ ਜਾਂ ਜਿਹੜੇ ਮਰਜ਼ੀ ਕੰਟਰੀ ਤੋਂ ਕੈਨੇਡਾ ਜਾ ਰਹੇ ਹੈ, ਸਾਰਿਆਂ ਦੀ ਇੱਕ ਪੋਲਿਸੀ ਹੈ ਕਿ ਇਹਨਾਂ ਨੇ ਵਰਕ ਪਰਮਿਟ ਲੈ ਕੇ ਪੱਕੇ ਹੋਣਾ ਹੀ ਹੋਣਾ ਹੈ। ਤੁਹਾਨੂੰ ਪਤਾ ਹੈ ਨਾ ਸਾਰੇ ਕਿ ਸਾਰੇ ਸਟੂਡੈਂਟ, ਕਦੀ ਤੁਸੀਂ ਦੇਖਿਆ ਕਿ ਕੋਈ ਸਟੂਡੈਂਟ ਪੜ੍ਹਾਈ ਦੇ ਬਾਅਦ ਵਾਪਸ ਮੁੜ ਗਿਆ ਪੰਜਾਬ ਨੂੰ, ਕਹਿੰਦਾ ਕਿ ਵੀ ਆ ਗਏ ਸੀ ਪੰਜਾਬ ਸਿੱਖਰ ਆ ਗਏ ਜੀ, ਅਸੀਂ ਇੱਥੇ ਰਹਿਣਾ। ਕੋਈ ਦੇਖਿਆ ਤੁਸੀਂ? ਸ਼ਾਇਦ ਮੈਂ ਤਾਂ ਦੇਖਿਆ, ਮੈਂ ਤਾਂ ਦੇਖਿਆ। ਗਵਰਨਮੈਂਟ ਆਫ ਕੈਨੇਡਾ ਦੀ ਵੀ ਪੋਲਿਸੀ ਹੈ ਕਿ ਸਟੂਡੈਂਟਾਂ ਨੂੰ ਇਨਕਰੇਜ ਕੀਤਾ ਜਾਏ ਕਿ ਤੁਸੀਂ ਲੀਗਲੀ ਜੋਬ ਐਕਸਪੀਰੀਅੰਸ ਲੈ ਕੇ ਪੱਕੇ ਹੋ। ਠੀਕ ਹੈ, ਪਹਿਲੀ ਪਹਿਲੀ ਗੱਲ ਤੇ ਆਪਾਂ ਇਹ ਇਸ਼ੂ ਨੂੰ ਲੈ ਕੇ ਚੱਲਦੇ। ਦੂਸਰਾ, ਜੋ ਸਪਾਊਸ ਹੈ, ਸਪਾਊਸ ਦਾ ਹੱਕ ਹੈ ਕਿ ਆਪਣੇ ਪਾਰਟਨਰ ਨਾਲ ਰਹੇ। ਹਸਬੈਂਡ, ਜਿਸ ਤਰ੍ਹਾਂ ਤੁਸੀਂ ਆਪਣੇ ਵਾਈਫ ਨਾਲ ਤੁਸੀਂ ਰਹਿਣਾ, ਦੈਟ ਇਜ਼ ਯੋਰ ਰਾਈਟ ਅੰਡਰ ਇਮੀਗ੍ਰੇਸ਼ਨ ਯੂਨੀਫਿਕੇਸ਼ਨ ਓਬਜੈਕਟਿਵ। ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਦੇ ਇੱਕ ਵਨ ਆਫ ਦਾ ਓਬਜੈਕਟਿਵ ਹੈ ਕਿ ਵੀ ਫੈਮਿਲੀ ਦਾ ਯੂਨੀਫਿਕੇਸ਼ਨ ਅਸੀਂ ਕਰਨਾ ਹੈ। ਦੈਟ ਮੀਨਸ ਕਿ ਹਸਬੈਂਡ ਵਾਈਫ ਨੂੰ ਸੈਪਰੇਟ ਰਹਿਣ ਦੀ ਲੋੜ ਨਹੀਂ ਹੈ। ਅਗਰ ਅਗਰ ਜੇ ਜੈਨੂਇਨ ਮੈਰਿਜ ਹੈ ਤੇ ਦੇ ਹੈਵ ਟੂ ਲਿਵ ਟੂਗੈਦਰ। ਇਹ ਤੇ ਦੂਸਰਾ ਪਹਿਲੂ ਹੈ। ਤੀਸਰਾ ਹੈ ਕਿ ਜਿਹੜਾ ਉਹਨਾਂ ਨੇ ਲਿਖਿਆ ਹੈ ਕਿ ਵੀ ਤੁਸੀਂ ਮੁੜ ਕੇ ਵਾਪਿਸ ਨਹੀਂ ਆਓਗੇ ਪੰਜਾਬ, ਇਹ ਬਹੁਤ ਹੀ ਬੇਹੂਦਾ ਰੀਜ਼ਨ ਹੈ, ਕਿਉਂਕਿ ਮੁੜ ਕੇ ਤੇ ਉਹ ਵਾਈਫ ਵੀ ਨਹੀਂ ਆਏਗੀ। ਬਿਲਕੁਲ ਬਿਲਕੁਲ, ਤੁਸੀਂ ਸੋਚੋ ਕਿ ਵਾਈਫ, ਅਗਰ ਜੇ ਬਾਈ ਚਾਂਸ ਤੁਹਾਨੂੰ ਉਹ ਕਹਿ ਰਿਹਾ ਕਿ ਤੁਸੀਂ ਮੁੜ ਕੇ ਨਹੀਂ ਆਓਗੇ, ਅਸੀਂ ਜਾ ਹੀ ਰਹੇ ਹਾਂ ਵਾਈਫ ਕੋਲ ਰਹਿਣ ਲਈ, ਤੇ ਮੁੜ ਕੇ ਕਿੱਦਾਂ ਆਉਣਾ ਸੀ? ਜਦ ਵਾਈਫ ਨੇ ਨਹੀਂ ਆਉਣਾ ਤੇ ਹਾਊ ਡੂ ਯੂ ਐਕਸਪੈਕਟ ਕਿ ਵਾਈਫ ਉੱਥੇ ਰਹੇਗੀ ਜੀ, ਮੈਂ ਮੁੜ ਕੇ ਆ ਜਾਂਗਾ? ਇਟ ਡਜ਼ ਨਾਟ ਮੇਕ ਸੈਂਸ, ਇਟ ਇਜ਼ ਇਲੌਜੀਕਲ। ਜੀ ਸਰ, ਇਸ ਚੀਜ਼ ਨੂੰ ਚੈਲੰਜ ਕੀਤਾ ਜਾ ਸਕਦਾ, ਆਪਾਂ ਚੈਲੰਜ ਕਰਨਾ ਹੈ ਤੇ ਉਸ ਚੀਜ਼ ਨੂੰ ਆਪਾਂ ਐਡਰੈਸ ਕਰਕੇ ਦੁਬਾਰਾ ਲਾਵਾਂਗੇ। ਇੱਕ ਮੈਨੂੰ ਜ਼ਰੂਰ ਇੱਕ ਡਾਊਟ ਹੈ ਕਿ ਉਹਨਾਂ ਨੇ ਤੁਹਾਡੇ ਕੰਮ ਦੇ ਬਾਰੇ ਪੁੱਛਿਆ ਨਹੀਂ ਕੁਛ, ਕਿ ਤੁਸੀਂ ਜੋਬ ਕੀ ਕਰਦੇ ਹੋ ਇੰਡੀਆ, ਪੁੱਛਿਆ ਕਿ ਨਹੀਂ? ਨਹੀਂ ਸਰ, ਪੁੱਛਿਆ ਸੀਗਾ। ਅੱਛਾ, ਹਾਂਜੀ ਹਾਂਜੀ, ਮੈਂ ਉਹੀ ਨਾਮ ਨਾਲ ਦੱਸਿਆ ਸੀਗਾ ਕਿ ਮੈਂ ਮਤਲਬ ਆਟੋਮੋਬਾਈਲ ਵਿੱਚ ਜੋਬ ਕਰ ਰਿਹਾ ਫਰੋਮ ਲਾਸਟ 2.5 ਮੰਥਸ। ਅੱਛਾ, 2.5 ਇਅਰ, ਸੋਰੀ, 2.5 ਸਾਲ ਤੋਂ ਕਰ ਰਿਹਾ ਆ। ਤੇ ਫਿਰ ਮੈਂ ਉਹਨੂੰ ਦੱਸਿਆ ਵੀ ਕਿ ਮੇਰਾ ਵਿਜ਼ਿਟ ਕਾਰਡ ਹੈਗਾ ਆ, ਬਟ ਉਹ ਮੈਡਮ ਕਹਿੰਦੇ ਨਹੀਂ ਨਹੀਂ, ਕਹਿੰਦੇ ਵੀ ਕੋਈ ਜ਼ਰੂਰਤ ਨਹੀਂ ਆ। ਫਾਈਲ ਦੇ ਵਿੱਚ ਮੈਂ ਬਕਾਇਦਾ ਲਾਇਆ ਹੋਇਆ ਸੀਗਾ ਸਰਟੀਫਿਕੇਟ, ਮੇਰਾ ਕੰਪਨੀ ਤੋਂ ਐਨਓਸੀ ਵੀ ਲਗਾਈ ਸੀਗੀ ਤੇ ਸੈਲਰੀ ਸਰਟੀਫਿਕੇਟ ਵੀ ਲਗਾਇਆ ਸੀ। ਅੱਛਾ, ਉਹਦੇ ਬਾਰੇ ਕੋਈ ਜ਼ਿਕਰ, ਕੋਈ ਕੋਈ ਡਿਸਕਸ਼ਨ ਨਹੀਂ ਹੋਇਆ ਉਹਦੇ ਵਿੱਚ? ਕੁਝ ਡਿਸਕਸ ਨਹੀਂ ਕੀਤਾ ਉਹਨਾਂ ਨੇ। ਅੱਛਾ 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 ਅੱਛਾ, ਹਾਂਜੀ। ਇੱਕ ਜ਼ਰੂਰ ਉਦਾਂ ਵੈਸੇ ਮੈਂ ਭੁੱਲ ਗਿਆ ਸੀਗਾ, ਇੱਕ ਗੱਲ ਉਹਨਾਂ ਨੇ ਪੁੱਛੀ ਤੇ ਤੁਹਾਡੇ ਮੈਰਿਜ ਦੇ ਵਿੱਚ ਕਿੰਨੇ ਜਾਣੇ ਆਏ ਸੀਗੇ? ਮੈਂ ਉਹਨਾਂ ਨੂੰ ਕਿਹਾ ਸੀਗਾ 200 ਤੋਂ 250 ਜਾਣੇ ਸੀਗੇ ਸਰ। ਬਿਲਕੁਲ, ਅੱਛਾ ਅੱਛਾ, ਉਹ ਦਿਸਦੇ ਸੀ ਸਾਰੇ ਆਪਣੇ ਫੋਟੋਗ੍ਰਾਫ ਦੇ ਵਿੱਚ ਨਜ਼ਰ ਆ ਰਹੇ ਸਾਰੇ? ਬਿਲਕੁਲ ਸਰ, ਬਿਲਕੁਲ ਬਿਲਕੁਲ। ਠੀਕ ਹੈ ਠੀਕ ਹੈ ਬਿਲਕੁਲ, ਕਿਉਂਕਿ ਮੇਨ ਇਹ ਸਾਡੀ ਮੈਰਿਜ ਜੈਨੂਇਨ ਸੀ। ਮੈਨੂੰ ਐਕਚੁਅਲੀ ਆ ਜਿਹੜਾ ਤੁਹਾਡਾ ਰੈਫਿਊਜ਼ਲ ਲੈਟਰ ਦੇਖ ਕਰ, ਐਟਲੀਸਟ ਮੈਨੂੰ ਇਹ ਤਸੱਲੀ ਹੈ, ਕਿਉਂਕਿ ਇੱਕ ਨਾਰਮਲੀ ਇੱਕ ਸਪਾਊਸ ਵੀਜ਼ਾ ਵਿੱਚ 205 ਜਿਹੜਾ C2 ਲਾ ਕੇ ਉਹ ਰਿਜੈਕਟ ਕਰ ਦਿੰਦੇ ਕਿ ਵੀ ਤੁਹਾਡੀ ਮੈਰਿਜ ਜਿਹੜੀ ਨਾ ਜੈਨੂਇਨਨੈਸ ਨਹੀਂ ਹੈ, ਦੈਟਸ ਵਨ ਆਫ ਦ ਕਾਮਨ ਥਿੰਗ ਕਿ ਜੈਨੂਇਨ ਨਹੀਂ ਹੈ, ਲੇਕਿਨ ਤੁਹਾਨੂੰ ਉਹਨਾਂ ਨੇ ਜੈਨੂਇਨ ਦੇ ਬਾਰੇ ਕੁਛ ਨਹੀਂ ਕਿਹਾ। ਬਿਲਕੁਲ ਬਿਲਕੁਲ, ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਵਾਪਸ ਨਹੀਂ ਆਓਗੇ, ਵਿਚ ਇਲੌਜੀਕਲ ਫੋਰ ਮੀ ਟੂ ਅੰਡਰਸਟੈਂਡ, ਕਿਉਂਕਿ ਇਲੌਜੀਕਲ ਹੈ। ਤੇ ਅਗਰ ਜੇ ਤੁਸੀਂ ਪਹਿਲਾਂ ਤੁਸੀਂ ਵਾਈਫ ਨੂੰ ਵੀਜ਼ਾ ਕਿਉਂ ਦਿੱਤਾ? ਵਾਈਫ ਜਦ ਵਾਈਫ ਨੇ ਨਹੀਂ ਵਾਪਸ ਆਉਣਾ ਤੇ ਉਹਨੂੰ ਸਟੂਡੈਂਟ ਵੀਜ਼ਾ ਦੇ ਕੇ ਤੁਸੀਂ, ਤਾਂ ਤੁਸੀਂ ਆਪ ਇਲੌਜੀਕਲ ਕੰਮ ਨਹੀਂ ਕੀਤਾ? ਬਿਲਕੁਲ ਬਿਲਕੁਲ, ਇਹ ਜਿੰਨੇ ਵੀ 70 ਤੋਂ 80 ਹਜ਼ਾਰ ਸਟੂਡੈਂਟ ਪੰਜਾਬ ਤੋਂ ਹਰ ਇੱਕ ਸਾਲ ਜਾ ਰਹੇ ਹੈ, ਇਹ ਸਾਰੇ ਸਟੂਡੈਂਟ ਵੀਜ਼ਾ ਲੈ ਕੇ ਜਾ ਰਹੇ ਹੈ ਸਰ, ਇਹਨਾਂ ਨੂੰ ਪਤਾ ਹੈ ਕਿ ਸਟੂਡੈਂਟਾਂ ਨੇ ਵਾਪਸ ਨਹੀਂ ਆਉਣਾ, ਤੁਸੀਂ ਉਹਨਾਂ ਨੂੰ ਤਾਂ ਰਿਜੈਕਟ ਨਹੀਂ ਕੀਤਾ ਕਿ ਵੀ ਇਟ ਇਜ਼ ਅ ਲੋਜੀਕਲ ਕਿ ਵੀ ਤੁਸੀਂ ਮੁੜ ਕੇ ਵਾਪਸ ਨਹੀਂ ਆਓਗੇ, ਸਾਨੂੰ ਵੀਜ਼ਾ ਨਹੀਂ ਦੇਵਾਂਗੇ? ਸੋ ਹਾਓ ਡਿਡ ਯੂ ਡੂ ਇਟ ਟੂ ਮੀ, ਸਾਨੂੰ ਤੁਸੀਂ ਕਿਉਂ ਲਿਖ ਰਿਹਾ ਕਿ ਵੀ ਵਾਪਸ ਆਓਗੇ? ਸੋ ਇਟ ਇਜ਼, ਆਈ ਥਿੰਕ ਇਟ ਇਜ਼ ਅ ਵੈਰੀ ਸਟੂਪਿਡ ਨਾਈਵ ਰੀਜ਼ਨ। ਸੋ ਬਾਕੀ ਚਲੋ ਫਿਰ ਦੇਖਦੇ ਹਾਂ। ਬਾਕੀ ਹੋਰ ਕੋਈ ਚੀਜ਼ ਅੰਦਰ ਜਿਹੜੀ ਤੁਸੀਂ ਦੇਖੀ, ਓਬਜ਼ਰਵ ਕੀਤੀ ਅੰਦਰ, ਜਿਹੜਾ ਤੁਹਾਨੂੰ ਯਾਦ ਰਹਿ ਗਿਆ ਅੰਦਰ? ਮੇਨ ਤਾਂ ਸਰ ਇਹੀ ਸਿੰਗਲ, ਮੈਂ ਆਪਣੇ ਵੱਲੋਂ ਤਾਂ ਪੂਰੀ ਜਿੱਦਾਂ ਲਾਈਕ ਉਹਨਾਂ ਦਾ ਸਾਰੀ ਇਨਫੋਰਮੇਸ਼ਨ ਮੈਂ ਕਲੈਕਟ ਕਰਕੇ ਗਿਆ ਸੀਗਾ, ਬਟ ਮੇਨ ਉਹਨਾਂ ਨੇ ਮੈਨੂੰ ਇੱਦਾਂ ਦਾ ਜ਼ਿਆਦਾ ਜੇ ਮੈਂ ਐਕਸਪੈਕਟ ਕੀਤਾ ਕਿ ਮੈਨੂੰ ਬਹੁਤ ਕੁਛ ਪੁੱਛਣਗੇ, ਬਟ ਉਹ ਉਹਨਾਂ ਨੇ ਕੁਛ ਨਹੀਂ ਪੁੱਛਿਆ ਜ਼ਿਆਦਾ ਸਰ। ਜਿਹੜਾ ਤੁਹਾਨੂੰ ਉਹਨਾਂ ਨੇ ਇਹ ਪੁੱਛਿਆ ਕਿ ਵੀ ਤੁਸੀਂ ਪਹਿਲਾਂ ਵੀ ਵੀਜ਼ਾ ਅਪਲਾਈ ਕੀਤਾ ਹੈ, ਸੋ ਇਹ ਸਵਾਲ ਜਿਹੜਾ ਆਇਆ ਇਹਦੇ ਬਾਰੇ ਮੈਂ ਜ਼ਰੂਰ ਸੋਚਿਆ ਕਿ ਉਹਨਾਂ ਨੂੰ ਇਹ ਸਵਾਲ ਪੁੱਛਣ ਲਈ, ਕਿਉਂ ਉਹਨਾਂ ਨੂੰ ਮਤਲਬ ਕਿੱਦਾਂ ਉਹਨਾਂ ਨੂੰ ਲੱਗੇ ਕਿ ਪੁੱਛਿਆ ਜਾਏ, ਕਿਉਂਕਿ ਤੁਹਾਡੀ ਕੋਈ ਹੋਰ ਕੋਈ ਟਰੈਵਲ ਹਿਸਟਰੀ ਹੈ ਕਿਸੇ ਹੋਰ ਕੰਟਰੀ ਦੀ? ਨਹੀਂ 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 ਸਰ, ਮੇਰੀ ਨਹੀਂ ਕੋਈ,
ਮੇਰੀ ਵਾਈਫ ਦਾ ਪੁੱਛ ਰਹੇ ਸੀਗੇ ਉਹ ਤੁਸੀਂ ਤੋਂ ਪਹਿਲਾਂ ਮਤਲਬ ਉਹਨਾਂ ਦਾ ਕਿਤੇ ਹੋਰ ਕੀਤਾ ਸੀਗਾ ਅਪਲਾਈ ਅੱਛਾ ਵਾਈਫ ਦਾ ਅੱਛਾ ਮੇਰੇ ਦਾ ਨਾ ਹਾਂਜੀ ਹਾਂਜੀ ਸਰ ਕਿਉਂਕਿ ਮੇਨ ਆਇਲਸ ਉਹਨੇ ਦੋ ਵਾਰ ਕੀਤੀ ਸੀਗੀ ਅੱਛਾ ਬਿਲਕੁਲ ਬਿਲਕੁਲ ਕਿਉਂਕਿ ਪਹਿਲਾਂ ਆਇਲਸ ਦਾ ਉਹਦਾ ਅਕਤੂਬਰ ਦੇ ਵਿੱਚ ਸੀਗਾ ਐਗਜ਼ਾਮ ਤੇ ਬਟ ਜਿੱਦਾਂ ਉਹਨੇ ਸਤੰਬਰ ਵਿੱਚ ਉਹਦੇ ਫਾਦਰ ਐਕਸਪਾਇਰ ਹੋ ਗਏ ਸੀਗੇ ਇਸ ਕਰਕੇ ਜਿੱਦਾਂ ਲਾਈਕ ਉਹਨੇ ਫਿਰ ਮਤਲਬ ਪੇਪਰ ਦੇ ਵਿੱਚ ਥੋੜਾ ਮਤਲਬ ਆਪਣਾ ਕਰ ਨਹੀਂ ਪਾਈ ਉਹਦਾ ਇਸ ਕਰਕੇ ਫਿਰ ਦੁਬਾਰਾ ਪੇਪਰ ਜਨਵਰੀ ਵਿੱਚ ਦਿੱਤਾ ਸੀਗਾ ਬਿਲਕੁਲ ਸਰ ਪਹਿਲਾਂ ਕੋਈ ਅਪਲਾਈ ਨਹੀਂ ਕੀਤਾ ਸੀਗਾ ਓਕੇ ਸਟੂਡੈਂਟ ਵੀਜ਼ਾ ਜਦ ਲੱਗਿਆ ਤੁਹਾਡੇ ਵਾਈਫ ਦਾ ਹਾਂਜੀ ਉਹ ਕਿਹੜੀ ਤਰੀਕ ਨੂੰ ਲੱਗਿਆ ਸਟੂਡੈਂਟ ਵੀਜ਼ਾ ਸਟੂਡੈਂਟ ਵੀਜ਼ਾ ਸਰ 1 ਜੂਨ ਨੂੰ ਪਤਾ ਮੇਲ ਆਈ ਸੀ ਸਾਨੂੰ ਅੱਛਾ ਬਿਲਕੁਲ 1 ਜੂਨ ਨੂੰ ਲੱਗਿਆ ਤੇ ਮੈਰਿਜ ਕਦੋਂ ਹੋਈ ਮੈਰਿਜ ਹੋਈ ਸੀ ਸਾਡੀ ਸਤੰਬਰ ਵਿੱਚ ਸਰ ਸੌਰੀ ਆਪਣਾ ਜੂਨ ਦੇ ਵਿੱਚ ਹੋਈ ਸੀ ਮੈਰਿਜ ਆਫਟਰ ਹਾਊ ਮਨੀ ਡੇਜ਼ ਆਫ ਵੀਜ਼ਾ ਆਫਟਰ 23 ਡੇਜ਼ ਸਰ ਬਸ ਇਹ ਵੀ ਇੱਕ ਸ਼ੱਕ ਦਾ ਜਿਹੜਾ ਘੇਰਾ ਹੈ ਕਿ ਵੀਜ਼ਾ ਦੇ 3 ਹਫ਼ਤੇ ਬਾਅਦ ਵਿਆਹ ਹੋ ਗਿਆ ਇਹ ਵੀ ਥੋੜਾ ਇੱਕ ਸ਼ੱਕ ਪੈਦਾ ਕਰਦਾ ਹੈ ਕਿ ਬਈ ਕਿਆ ਤੁਸੀਂ ਸਿਰਫ ਵੀਜ਼ਾ ਲਈ ਵੇਟ ਕਰਦੇ ਸੀ ਕਿ ਵੀ ਤਾਂ ਵਿਆਹ ਕਰਾਂਗੇ ਕਿਉਂਕਿ ਨਾਰਮਲੀ ਇੱਕ ਹੁੰਦਾ ਹੈ ਕਿ ਬਈ ਕੁੜੀ ਨੂੰ ਵੀਜ਼ਾ ਮਿਲ ਗਿਆ ਤੇ ਨਾਲ ਮੁੰਡਾ ਵੀ ਜਾਏਗਾ ਇਸ ਤਰ੍ਹਾਂ ਸ਼ਾਇਦ ਇਸ ਤਰ੍ਹਾਂ ਦੀ ਪਲੈਨਿੰਗ ਹੁੰਦੀ ਹੈ ਲੋਕਾਂ ਦੀ ਸ਼ਾਇਦ ਤੁਹਾਡੀ ਨਾ ਹੋ ਲੇਕਿਨ ਇੱਕ ਕਾਮਨ ਚੀਜ਼ ਹੈ ਸੋਸਾਇਟੀ ਦੀ ਇੱਕ ਉਹ ਵੀ ਇੱਕ ਸ਼ੱਕ ਦਾ ਇੱਕ ਸਵਾਲੀਆ ਨਿਸ਼ਾਨ ਹੈ ਕਿਉਂਕਿ ਇਹ ਇਹਨੂੰ ਕਈ ਵਾਰ ਉਹਨਾਂ ਲਿਖਿਆ ਕਿ ਹੇਸਟ ਇਨ ਮੈਰਿਜ ਮਤਲਬ ਜਲਦਬਾਜ਼ੀ ਚ ਮੈਰਿਜ ਹੋਈ ਹੈ ਫੋਟੋਗ੍ਰਾਫ ਜਿਹੜੀ ਤੁਸੀਂ ਦਿਖਾਈ ਹੋਈ ਹੈ ਉਹਦੇ ਵਿੱਚ ਜਿਹੜਾ ਤੁਸੀਂ ਗੈਸਟ ਜਿੰਨੇ ਵੀ ਕਹੇ ਆ ਉਹ ਗੈਸਟ ਦਿਖ ਰਿਹਾ ਨਹੀਂ ਦਿਖ ਰਿਹਾ ਵੀ ਡੋਂਟ ਨਾਟ ਡੋ ਕਿਉਂਕਿ ਤੁਹਾਡੀ ਫੋਟੋਆਂ ਮੈਂ ਦਿਖ ਨਹੀਂ ਆਉਂਦਾ ਨਵੰਬਰ ਦੇ ਵਿਚ ਆਉਣਾ ਸੀਗਾ ਫਿਰ ਅਸੀਂ ਨਵੰਬਰ ਵਿਚ ਫਿਕਸ ਕੀਤੀ ਸੀ ਸਾਡੀ ਅਗਸਤ 2017 ਵਿਚ ਸਰ ਜਿੱਦਾਂ ਗੱਲ ਹੋਈ ਸੀਗੀ ਅਰੇਂਜ ਮੈਰਿਜ ਦੀ ਆਪਣਾ ਓਕੇ ਬਿਲਕੁਲ ਉਸ ਟਾਈਮ ਸਾਡਾ ਕੋਈ ਮਤਲਬ ਪਲਾਨ ਨਹੀਂ ਸੀ ਮੇਰੀ ਵਾਈਫ ਦਾ ਕਿ ਇੱਦਾਂ ਮਤਲਬ ਮੈਂ ਕੈਨੇਡਾ ਜਾਣਾ ਹੈ ਜਾਂ ਮੈਨੂੰ ਵੀ ਇਵਨ ਮੈਨੂੰ ਵੀ ਉਹਦੇ ਬਾਰੇ ਕੁਝ ਇੱਦਾਂ ਪਤਾ ਨਹੀਂ ਸੀਗਾ ਮੈਰਿਜ ਦੇ ਬਾਅਦ ਕਿੰਨਾ ਟਾਈਮ ਤੁਸੀਂ ਇਕੱਠੇ ਰਹੇ 2 ਮਹੀਨੇ ਸਰ 2 ਮਹੀਨੇ 2 ਮਹੀਨੇ ਇਕੱਠੇ ਰਹੇ ਬਿਲਕੁਲ ਸਰ 2 ਮਹੀਨੇ ਬਾਅਦ ਚਲੀ ਗਈ ਉਹ ਠੀਕ ਹੈ ਬਿਲਕੁਲ ਸਰ ਠੀਕ ਹੈ ਚਲੋ ਕੋਈ ਗੱਲ ਨੀ ਨੋ ਪ੍ਰੋਬਲਮ ਮੈਨੂੰ ਲੱਗਦਾ ਨੀ ਕਿ ਜ਼ਿਆਦਾ ਵੱਡਾ ਤੁਹਾਡਾ ਕੋਈ ਰਿਫਿਊਜ਼ਲ ਕੋਈ ਇੰਨਾ ਵੱਡਾ ਗਰਾਊਂਡ ਹੈ ਜਿਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ ਆਈ ਥਿੰਕ ਇਟ ਕੈਨ ਬੀ ਟੈਕਲ ਸੋ ਤੁਸੀਂ ਕੰਟੀਨਿਊ ਰੱਖੋ ਆਪਣਾ ਕਮਿਊਨੀਕੇਸ਼ਨ ਜੋ ਵੀ ਚੱਲ ਰਿਹਾ ਹੈ ਠੀਕ ਹੈ ਸੋ ਆਈ ਵਿਲ ਪਰਸਨਲੀ ਯੂ ਨੋ ਮਤਲਬ ਤੁਸੀਂ ਪਹਿਲਾਂ ਫਾਈਲ ਕਿੱਥੇ ਲਗਾਈ ਤੁਸੀਂ ਕੈਨੇਡਾ ਲਗਵਾਈ ਨਾ ਕੈਨੇਡਾ ਤੋਂ ਹੋਇਆ ਲੋਕਲੀ ਪੰਜਾਬ ਜਲੰਧਰ ਜਲੰਧਰ ਅੱਛਾ ਉਹ ਕੌਣ ਉਹ ਕੌਣ ਨੇ ਜਿਹੜੇ ਲੋਇਰ ਹੈ ਕੋਈ ਵਕੀਲ ਵਗੈਰਾ ਐਸੀ ਤੇ ਕੌਣ ਨੇ ਬੰਦੇ ਉਹ ਏਜੰਟ ਹੀ ਨਹੀਂ ਸਰ ਉਹ ਅੱਛਾ ਅੱਛਾ ਬਿਲਕੁਲ ਸਰ ਨੌਨ ਸੀ ਨੇ ਉਹ ਠੀਕ ਹੈ ਤੇ ਉਹਨਾਂ ਦਾ ਕੀ ਹੁਣ ਬਿਆਨ ਹੈ ਕੀ ਉਹਨਾਂ ਦਾ ਹੈ ਮੂਡ ਕੀ ਕਹਿ ਰਹੇ ਹਨ ਉਹਨਾਂ ਨੂੰ ਮੈਂ ਮੇਲ ਸੈਂਡ ਕੀਤੀ ਹੈ ਸਰ ਹੁਣੇ ਮਤਲਬ ਅਜੇ ਰਿਪਲਾਈ ਨਹੀਂ ਆਇਆ ਉਹਨਾਂ ਦਾ ਕੋਈ ਅੱਛਾ ਅੱਛਾ ਬਿਲਕੁਲ ਬਿਲਕੁਲ ਲੇਕਿਨ ਇੰਟਰਵਿਊ ਟਾਈਮ ਤੁਸੀਂ ਆਪਣੀ ਫੋਟੋ ਲੈ ਕੇ ਗਏ ਨਾ ਹਾਂਜੀ ਉਹ ਤਾਂ ਸਾਰੀ ਲੈ ਕੇ ਗਏ ਸੀ ਬਿਲਕੁਲ ਲੇਕਿਨ ਐਪਲੀਕੇਸ਼ਨ ਟਾਈਮ ਨਹੀਂ ਲਗਾਈ ਨਹੀਂ ਨਹੀਂ ਉਦੋਂ ਨਹੀਂ ਸਰ ਕੋਈ ਚੈਟ ਨਹੀਂ ਕਿਉਂ ਨਹੀਂ ਮਤਲਬ ਮੇਰੇ ਏਜੰਟ ਕਹਿ ਰਹੇ ਸੀਗੇ ਕਿ ਇਹਦਾ ਕੋਈ ਮਤਲਬ ਇਹ ਮੈਂਡੇਟਰੀ ਨਹੀਂ ਹੈਗੀ ਫੋਟੋ ਓਹੋ ਹੁਣ ਜਾ ਕੇ ਏਜੰਟ ਸਾਹਿਬ ਨੂੰ ਦੱਸੋ ਕਿ ਹੁਣ ਦੱਸੋ ਵੀ ਕੀ ਹੈ ਇਹ ਮੈਂਡੇਟਰੀ ਹੈ ਕਿ ਨਹੀਂ ਹੈ ਬਿਲਕੁਲ ਬਿਲਕੁਲ ਮੇਰੇ ਖਿਆਲ ਹੈ ਕਿ ਦਿਸ ਇਜ਼ among all mistakes chalo choti moti aur mistakes bhi hai I think among all mistakes marriage di jada ceremony ya marriage to pehla di photograph marriage de baad di photograph na lagwana eh bahut bada ek blunder hai main samajhta hu ki bahut bada blunder par in your case there could be something else also und ida ki x-ray karange notes manga ke bada notes bana ke analyze karange ta pata lagega lekin but
all applications require marriage photographs and chat history. Chat history matlab jo WhatsApp chal rahi hai ya Facebook wala jo chal rahi hai, chat history. The, you know, it is extremely important. I do not know mandatory matlab ke bigger is it the main kadhi soch hi nahi sakta ki main personally kisi di file launga. So mainu nahi pata ki bhai us agent saab ne kida ek decision liya ki wohi load nahi hai, but it sounds very strange and shocking to me. ठीक है, और कोई मेरे से कोई सवाल पूछना है तो पूछ सकते हो, बाकी ठीक है. मैं भी रिफ्यूजल लेटर तुम्हारा देख लिया है, सो एजेंट साहब दे जो भी उन्होंने करना है, सो आई विल अप्लाई एंड अपील, यू नो आई विल डू अ सेकंड एप्लीकेशन. उस बीच में जो ये सारे आर्गुमेंट्स को काउंटर करके देन आई विल टेल देम व्हाट आई नीड टू टेल देम. सो यस, श्योर सर. बिलकुल मतलब मेनु पता ही सी, मैं मतलब मैं सीधा डायरेक्ट मैडम नु कह दंदा सीगा, ओदा जवाब दे दंदा सीगा. अच्छा, मतलब थोड़ी जो फ्लुएंसी हुंदी है सर. अच्छा, ओ मेरी मतलब कुछ सानू मतलब मेनू यही सीगा कि मेनू ना समझ आया जां मैं कुछ गलत जवाब देता तां मतलब मेरे लिए वो सर अपना डिफिकल्ट हो सकता था. अच्छा, जी सर. चलो, जो हो गया. नॉर्मली एक्चुअली इंटरप्रेटर दा पर्सनली जो मैं अपने केसेस में देखता हूँ, जिथे जिथे इंटरप्रेटर गए हैं, इंटरप्रेटर दी मैनू लगता है कि इंटरप्रेटर विच कोई जिदा अजकल राजनीति विच महामिलावट की गलबात कर रहे ना जिहड़े राजनीतिक पार्टियां, इंटरप्रिटेशन विच मिलावट होने की थोड़ा जिहड़ा अंदेशा है ना, वो मैनू थोड़ा जा परेशान करता है कि भी शायद उन्होंने वर्ड्स या तुहाडे वर्ड्स नू मिस इंटरप्रेट करके कुछ होर कोई मीनिंग ना ट्रांसमिट हो जाए. इस करके आई एम जस्ट वेरी केयरफुल कि भी इंटरप्रेटर का की रोल है. अच्छा, किने पैसे लिया उन्होंने? 3000 सर. अच्छा, इंटरप्रेट करके एक जवाब पहला ही जवाब हाजिर है, जवाब दे रहे हो, दैट माइट बी अ लिटिल ट्रबलिंग. क्योंकि मेरे मन च सवाल यह आएगा कि जब तुम इनकी इंग्लिश मेरी समझ ही आ रही है, तो व्हाई द हेल आर यू यूजिंग द इंटरप्रेटर? नहीं सर, वो एक्चुअली जो नॉर्मली क्वेश्चन लाइक तुम्हारा नेम, तुम्हारी वाइफ का एड्रेस, मगर उदा दे मैं आंसर दे रहा था उन्होंने. अच्छा, जो बाकी लंबे जो सवाल है लंबे? नो, लंबे नहीं सर. अच्छा, मैनू मतलब पता भी सीगा, बट फिर भी मैं अपने इंटरप्रीटर मैनू दस रहा सीगा, फिर मैं इंटरप्रीटर नू दस रहा सीगा, फिर वो अगे मतलब मैम नू दस रहा सीगा. ये जरूर फायदा हो सकता है कि भाई जे अगर सानू समझ आ रहा है कि भाई कह की रहे हैं, एटलीस्ट वी हैव एटलीस्ट फ्यू सेकंड्स टू थिंक अबाउट द आंसर, कि जब तक वो कह रहे हैं तो थोड़ा तानू शायद आधा मिनट मिल जाए तानू कि अपना आंसर तैयार करने लिए इन मेंटली इन द माइंड. चलो, एनीवे और कोई अगर मेरे तो कोई सवाल पूछना है तो पूछ सकते हो, बाकी मैं नोट कर ले ताडे सारे रिफ्यूजल दे रीजन. पढ़ाई करनी है नहीं हो सर, अपना चार सेमेस्टर हो जाएंगे कंप्लीट हुए. ठीक है. बिल्कुल. के कॉलेज है? नॉर्दर्न कॉलेज सर. नॉर्दर्न टिमेंस. अच्छा, टिमेंस. मैं गल भी की थी एक बार कि टिमेंस होते जेरे शनाया ट्वेन एक सिंगर है, उदा जन्म स्थान है. जी सर, बिल्कुल जन्म स्थान है शनाया ट्वेन का. ठीक है जी सर. ठीक है.
ਚਲੋ ਮੇਰਾ ਕੁਐਸਚਨ ਸਰ ਮਤਲਬ ਇਹੀ ਸੀਗਾ ਤੇ ਹੁਣ ਨੈਕਸਟ ਮਤਲਬ ਕੀ ਸਟੈਪ ਹੋਏਗਾ ਸਰ, ਕਦੋਂ ਤੱਕ ਮਤਲਬ ਮੈਂ ਜਿਹੜਾ ਅਪਲਾਈ ਕਰ ਸਕਦਾ ਜਾਂ ਮਤਲਬ ਦੇਖੋ ਇਸ ਤਰ੍ਹਾਂ ਕੋਈ ਉਹਨਾਂ ਦੇ ਉਹਨਾਂ ਵੱਲੋਂ ਕੋਈ ਰੋਕ ਨਹੀਂ ਹੈ ਕਿ ਤੁਸੀਂ ਅੱਜ ਅਪਲਾਈ ਕਰਨਾ, ਕੱਲ ਅਪਲਾਈ ਕਰਨਾ, ਪਰਸੋਂ ਅਪਲਾਈ ਕਰਨਾ, ਦੇ ਡੋਨਟ ਕੇਅਰ। ਤੁਸੀਂ ਤੁਹਾਡੇ ਕੋਲ ਅਗਰ ਸਾਰਾ ਸਮਾਨ ਤਿਆਰ ਹੈ ਤੁਸੀਂ ਕੱਲ ਅਪਲਾਈ ਕਰ ਦੋ। ਆਲ ਦੇ ਨੀਡ ਇਜ਼ ਅ ਫੀਸ ਚਾਹੀਦੀ ਉਹਨਾਂ ਨੂੰ $255, ਦੈਟਸ ਇਟ। ਤੁਸੀਂ ਕੱਲ ਕਰੋ ਪਰਸੋਂ ਕਰੋ, ਉਹਨਾਂ ਦੇ ਕੋਈ ਇਫੈਕਟ ਨਹੀਂ ਹੈ। ਤੁਹਾਡੇ ਜਿਹੜੇ ਮੈਡੀਕਲ ਤੁਸੀਂ ਕਰਾਇਆ ਹੋਇਆ, ਮੈਡੀਕਲ ਆਲਰੇਡੀ ਹੋਇਆ ਸਰ, ਮੈਡੀਕਲ ਮੈਡੀਕਲ ਰਿਜ਼ਲਟ ਵੈਲਿਡ ਰਹੇਗਾ। ਪੀਸੀਸੀ ਤੁਹਾਡੇ ਕੋਲ ਅਗਰ ਹੈ ਤੇ ਉਹ ਵੀ ਕੰਟੀਨਿਊ ਰਹੇਗਾ। ਪੀਸੀਸੀ ਵੀ ਹੈ ਸਰ। ਹਾਂ ਤੇ ਬਸ ਤੇ ਤੁਸੀਂ ਜਦੋਂ ਮਰਜ਼ੀ ਕਰ ਸਕਦੇ। ਠੀਕ ਹੈ ਸਰ, ਠੀਕ ਹੈ ਸਰ। ਬਾਕੀ ਬਾਕੀ ਮੇਰੀ ਗੱਲ ਇੱਕ ਹੋਰ ਸੁਣੋ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਇਹਦੇ ਬਾਰੇ ਕਿ ਇੰਟਰਵਿਊ ਵਿੱਚ ਕੀ ਕੁਝ ਪੁੱਛਦੇ ਆ, ਕਿਸ ਤਰ੍ਹਾਂ ਪੁੱਛਦੇ ਆ, ਕਿੰਨੇ ਕਿੰਨੇ ਸਵਾਲ ਉਹਦੇ ਵਿੱਚ ਜਿਹੜੇ ਆਪਾਂ ਡਿਸਕਸ ਕਰ ਚੁੱਕੇ, ਕਿੰਨੇ ਸਵਾਲ ਕਾਮਨ ਆਏ ਉਧਰ। ਬਿਲਕੁਲ ਬਿਲਕੁਲ ਸਰ, ਮੇਨ ਸਰ ਐਕਚੁਲੀ ਸਵਾਲ ਤੁਹਾਡਾ ਮੇਨ, ਤੁਸੀਂ ਮੈਨੂੰ ਅਨਰੋਲਮੈਂਟ ਲੈਟਰ ਦਾ ਦੱਸਿਆ ਸੀਗਾ ਕਿਉਂਕਿ ਮੇਰੀ ਲਾਸਟ ਈਅਰ ਦੀ ਸੀਗੀ 2018 ਦੀ। ਓਕੇ, ਬਟ ਕਿਉਂਕਿ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਇੰਟਰਵਿਊ ਤੋਂ ਆਈ ਥਿੰਕ ਤਿੰਨ ਚਾਰ ਦਿਨ ਪਹਿਲਾਂ ਹੀ ਕੀਤਾ ਸੀਗਾ। ਹਾਂਜੀ ਹਾਂਜੀ, ਕਿਉਂਕਿ ਉਹ ਮੈਨੂੰ ਮਤਲਬ ਮੇਨ ਸਭ ਤੋਂ ਵੱਡਾ ਸਰ ਜਿਹੜਾ ਫਾਇਦਾ, ਸਭ ਤੋਂ ਵੱਡਾ ਫਾਇਦਾ ਮੇਨ ਤੁਹਾਡੀ ਗੱਲ ਦਾ ਨੰਬਰ 1 ਸਰ ਉਹ ਹੋਇਆ ਕਿ ਮੈਂ ਇਨਰੋਲਮੈਂਟ ਲੈਟਰ ਮੰਗਵਾਈ ਤੇ ਮੈਡਮ ਨੇ ਮੇਰੇ ਤੋਂ ਇਨਰੋਲਮੈਂਟ ਲੈਟਰ ਮੰਗੀ ਵੀ ਸਰ। ਵਾਹਿਗੁਰੂ ਵਾਹਿਗੁਰੂ। ਦੇਖੋ ਦੇਖੋ ਮੇਰੀ ਗੱਲ ਸੁਣੋ, ਅਗਰ ਇਹ ਫਾਇਦਾ ਹੋ ਗਿਆ ਕਿ ਇਨਰੋਲਮੈਂਟ ਸਾਡੇ ਨਾਲ ਗੱਲ ਹੋਈ, ਡਿਸਕਸ਼ਨ ਹੋਇਆ, ਇਨਰੋਲਮੈਂਟ ਲੈਟਰ ਪਤਾ ਲੱਗਿਆ, ਤੁਸੀਂ ਮੰਗਾ ਲਿਆ ਤੇ ਇਨਰੋਲਮੈਂਟ ਉਹਨਾਂ ਨੇ ਪੁੱਛ ਲਿਆ। ਬਿਲਕੁਲ ਬਿਲਕੁਲ ਸਰ, ਤੁਸੀਂ ਤੁਸੀਂ ਇਹ ਸੋਚੋ ਕਿ ਅਗਰ ਇਨਰੋਲਮੈਂਟ ਲੈਟਰ ਉਸ ਵਕਤ ਤੁਹਾਡੇ ਕੋਲ ਨਹੀਂ ਹੋਣਾ ਸੀ, ਫਿਰ ਕੀ ਉਹਨਾਂ ਦਾ ਮੂਡ ਹੋਣਾ ਸੀ। ਬਿਲਕੁਲ ਬਿਲਕੁਲ, ਠੀਕ ਹੈ। ਦੂਸਰਾ ਕੋਈ ਸਵਾਲ, ਦੂਸਰਾ ਜਿਹੜਾ ਫਾਇਦਾ ਹੋਇਆ, ਟ੍ਰਾਂਸਕ੍ਰਿਪਟ ਦਾ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਟ੍ਰਾਂਸਕ੍ਰਿਪਟ ਜਿਹੜਾ ਮਤਲਬ ਜਦੋਂ ਉਹਨੇ ਫਸਟ ਸਮੈਸਟਰ ਪਾਸ ਆਊਟ ਕਰ ਲਿਆ ਸੀਗਾ, ਉਹ ਵੀ ਰਿਜ਼ਲਟ ਉਹਨਾਂ ਨੇ ਤੁਸੀਂ ਮੈਨੂੰ ਦੱਸਿਆ ਸੀ ਕਢਵਾ ਕੇ ਲੈ ਜਾਓ, ਉਹ ਵੀ ਉਹਨਾਂ ਨੇ ਸਰ ਮੇਰੇ ਤੋਂ ਸੈਕਿੰਡਲੀ ਉਸ ਤੋਂ ਬਾਅਦ ਉਹੀ ਮੰਗਿਆ ਸਰ। ਵੰਡਰਫੁਲ, ਓਕੇ, ਬਿਲਕੁਲ ਬਿਲਕੁਲ। ਤੇ ਮੈਰਿਜ ਫੋਟੋਜ਼ ਜਿਹੜੀਆਂ ਹੈਗੀਆਂ ਸਰ ਉਹ ਮੈਂ ਕਢਵਾਈਆਂ ਨਹੀਂ ਸੀ ਆਫਟਰ ਮੈਰਿਜ ਫੋਟੋਜ਼ ਜਿਹੜੀਆਂ, ਕਿਉਂਕਿ ਮੇਰੇ ਤੋਂ ਐਲਬਮ ਹੀ ਸੀਗੀਆਂ, ਮੇਰੇ ਏਜੰਟ ਨੇ ਐਲਬਮ ਹੀ ਦੱਸਿਆ ਸੀਗਾ। ਤੇ ਮੈਰਿਜ ਫੋਟੋਜ਼ ਵੀ ਉਹਨਾਂ ਨੇ ਫਿਰ ਮੰਗੀਆਂ, ਉਹਦਾ ਵੀ ਸਰ ਮੈਨੂੰ ਮਤਲਬ ਜੋ ਹੈ ਉੱਥੇ ਬੈਨੀਫਿਟ ਆਈ ਥਿੰਕ ਹੋਇਆ ਸਰ। ਬਿਲਕੁਲ ਬਿਲਕੁਲ। ਬਾਕੀ ਸਰ ਮੇਨ ਹੈ ਤੁਸੀਂ ਮੋਟੀਵੇਟ ਬਹੁਤ ਜ਼ਿਆਦਾ ਕੀਤਾ ਸਰ, ਬਹੁਤ ਬਹੁਤ ਜ਼ਿਆਦਾ ਥੈਂਕਸ ਟੂ ਯੂ। ਠੀਕ ਹੈ। ਬਿਲਕੁਲ, ਤੁਹਾਡੀ ਮੋਟੀਵੇਸ਼ਨ ਵੀ ਮੈਨੂੰ ਬਹੁਤ ਮਿਲੀ ਉੱਥੇ। ਠੀਕ ਹੈ, ਲੱਗਿਆ ਉੱਥੇ ਅੰਦਰ ਜਾ ਕੇ ਕਿ ਵੀ ਇਹ ਇਸ ਦੌਰ ਤੋਂ ਮਤਲਬ ਇਹ ਕੋਈ ਲੋਕੀ ਜਿਹੜੇ ਲੰਘ ਕੇ ਜਾ ਰਹੇ ਹੈ, ਮਤਲਬ ਇਹ ਕੋਈ ਇਹ ਕੋਈ ਅਜੂਬਾ ਨਹੀਂ ਹੈ, ਦੀਜ਼ ਆਰ ਰੂਟੀਨ ਕੁਐਸਚਨ। ਬਿਲਕੁਲ ਬਿਲਕੁਲ ਸਰ, ਇੱਕ ਕੋਈ ਅਗਰ ਕੋਈ ਗੋਰਾ ਆਫਿਸਰ ਹੈ, ਗੋਰੀ ਕੋਈ ਹੈ, ਕੋਈ ਇੱਦਾਂ ਕੋਈ ਡਰਨ ਵਾਲੀ ਚੀਜ਼ ਨਹੀਂ ਹੈ, ਇਹ ਰੂਟੀਨ ਕੁਐਸਚਨ ਤੇ ਪੁੱਛ ਰਹੇ ਹੈ। ਤੇ ਤੁਸੀਂ ਇੱਕ ਚੀਜ਼ ਹੋਰ ਵੀ ਦੇਖ ਲਓ ਕਿ ਜਿੰਨੇ ਵੀ ਤੁਸੀਂ ਸਵਾਲ ਦੱਸੇ ਹੈ, ਇਹੀ ਸਵਾਲ ਮੋਰ ਔਰ ਲੈਸ ਆਈ ਵੁੱਡ ਸੇ ਅਬਾਊਟ 90-95% ਮੋਰ ਔਰ ਲੈਸ ਇਹੀ ਸਵਾਲ ਸਾਰਿਆਂ ਨੂੰ ਹੀ ਪੁੱਛੇ ਜਾਂਦੇ ਹੈ, ਇਨ ਅ ਡਿਫਰੈਂਟ ਵੇ, ਡਾਇਰੈਕਟ ਡਾਇਰੈਕਟ ਜਾਂ ਇਨਡਾਇਰੈਕਟ ਕਰਕੇ। ਬਿਲਕੁਲ ਬਿਲਕੁਲ ਸਰ, ਬਿਲਕੁਲ। ਹਾਂ, ਪਰ ਅਗਰ ਜਵਾਬ ਹੋਵੇਗਾ ਤੇ ਕੋਈ ਦੇਗਾ, ਅਗਰ ਜੇ ਸਪੋਜ਼ ਕਰੋ ਐਨਰੋਲਮੈਂਟ ਲੈਟਰ ਤੁਹਾਡੇ ਕੋਲ ਨਹੀਂ ਸੀ, ਤੁਸੀਂ ਇੱਧਰ ਉੱਧਰ ਦੇਖਣਾ ਸੀ, ਫਿਰ ਉਹ ਐਜ਼ ਅ ਡਿਫਰੈਂਟ ਇੰਪ੍ਰੈਸ਼ਨ। ਬਾਕੀ ਚਲੋ ਐਨੀਵੇ, ਬਾਕੀ ਆਪਾਂ ਇਹਦਾ ਦੂਸਰਾ ਪ੍ਰੋਸੀਜਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਵੀ ਕੈਨ ਅਪਲਾਈ ਐਨੀ ਟਾਈਮ, ਪਰ ਇੱਕ ਜਿਹੜਾ ਕੈਪਸ ਨੋਟਸ ਹੁੰਦਾ ਹੈ ਨਾ, ਕੈਪਸ ਨੋਟ, ਯੂ ਨੋ ਕੈਪਸ ਨੋਟ, GCMS ਨੋਟਸ ਹੁੰਦੇ ਆ ਤੁਹਾਡੇ, ਜਿਹੜੇ ਵੀ ਸਾਰੀ ਜੋ ਇਨਫੋਰਮੇਸ਼ਨ ਹੈ ਵੀਜ਼ਾ ਆਫਿਸਰ ਨੇ ਤੁਹਾਡੀ ਫਾਈਲ ਵਿੱਚ ਐਂਟਰ ਕੀਤਾ ਹੋਇਆ ਕੰਪਿਊਟਰ ਤੇ ਲਿਖ ਕਰ ਆਉਂਦਾ। ਹਾਂ, ਤੇ ਉਹ ਤੁਹਾਡੇ ਫਾਈਲ ਵਿੱਚ ਜੁੜ ਗਏ ਨੋਟਸ, ਉਹ ਨੋਟਸ ਮੰਗਾ ਕੇ ਫਿਰ ਵੀਜ਼ਾ ਆਫਿਸਰ ਨੇ ਕਿਹੜਾ ਕਮੈਂਟ ਲਿਖਿਆ ਤੁਹਾਡੇ ਬਾਰੇ, ਉਹ ਦੇਖ ਕੇ ਫਿਰ ਦੂਸਰੀ ਫਾਈਲ ਲਾਉਣ ਦਾ ਫਾਇਦਾ ਹੈ। ਓਕੇ ਓਕੇ, ਹਾਂ ਬਿਲਕੁਲ ਸਰ, ਆਪਣਾ ਟਾਈਪ ਕਰ ਰਹੇ ਸੀਗੇ ਨਾਲ ਦੀ ਨਾਲ ਜਿੱਦਾਂ ਮੈਂ ਆਨਸਰ ਕਰ ਰਿਹਾ ਸੀ ਉਹਨਾਂ ਨੂੰ, ਟਾਈਪ ਕਰ ਰਹੇ ਸੀ। ਹਾਂ, ਠੀਕ ਹੈ, ਬਿਲਕੁਲ ਬਿਲਕੁਲ। ਹਾਂ, ਸੋ ਮੈਨੂੰ ਲੱਗਦਾ ਕਿ ਟਾਈਪ ਕਰਨ ਦੇ ਇਲਾਵਾ ਸ਼ਾਇਦ, ਕਿਉਂਕਿ ਮੈਂ ਤਾਂ ਦੇਖਿਆ ਨੀ ਰੀਸੈਂਟਲੀ ਅੱਜ ਕੱਲ ਜਾ ਕੇ, ਮੇਰੇ ਖਿਆਲ ਸਰ ਤੁਹਾਡੀ ਰਿਕਾਰਡਿੰਗ ਵੀ ਹੋ ਰਹੀ ਹੋਏਗੀ ਸ਼ਾਇਦ, ਚਾਹੇ ਆਈ ਹੋਪ ਨਾਟ, ਪਰ ਉਹ ਤੁਹਾਡੇ ਸਾਰੇ ਉਹ ਐਕਸ਼ਨ ਨੂੰ ਰਿਕਾਰਡ ਕਰਦੇ ਆ ਕਿ ਵੀ ਐਕਸਪ੍ਰੈਸ਼ਨ ਕੀ ਹੈ, ਕੀ ਕਰ ਰਹੇ ਸਾਰੇ। ਸੋ ਬਾਕੀ ਜਿਹੜੇ ਆਡੀਓ ਆਡੀਓ ਜਿਹੜੇ ਤੁਹਾਡੇ ਜਿਹੜੇ ਰਿਸਪੋਂਸਿਸ ਹੈ, ਜਿਹੜਾ ਤੁਸੀਂ ਕਹਿ ਰਹੇ ਸੀ, ਦੇ ਵਿਲ ਟਾਈਪ ਇਟ ਇਨ, ਆਪਣੇ ਆਪਣੇ ਕੰਕਲੂਜਨ ਉਹਨਾਂ ਨੇ ਲਿਖੇ, ਉਹ ਫਿਰ ਤੁਹਾਡੇ ਹਿਸਟਰੀ ਦੀ, ਤੁਹਾਡੀ ਇਮੀਗ੍ਰੇਸ਼ਨ ਹਿਸਟਰੀ ਦਾ ਪਰਮਾਨੈਂਟ ਪਾਰਟ ਬਣ ਜਾਏਗਾ। ਉਹ ਫਿਰ ਅਗਲੀ ਵਾਰ ਜਦ ਤੁਸੀਂ ਅਪਲਾਈ ਕਰੋਗੇ, ਫਿਰ ਉਹਨਾਂ ਨੇ ਕੰਪੇਅਰ ਕਰਨਾ ਕਿ ਪਹਿਲੀ ਵਾਰ ਤੁਸੀਂ ਕੀ ਕਹਿ ਰਹੇ ਸੀ, ਉਹਨਾਂ ਕੀ ਕਹਿ ਰਹੇ ਹੋ। ਬਿਲਕੁਲ ਬਿਲਕੁਲ, ਹਾਂ ਇਸ ਤਰ੍ਹਾਂ ਦੇਖਣਾ। ਹਾਂਜੀ, ਚਲੋ ਨੋ ਪ੍ਰੋਬਲਮ, ਜੋ ਹੋਣਾ ਸੀ ਹੋ ਗਿਆ। ਸੋ ਫਿਰ ਆਪਾਂ ਕਰਦੇ ਦੀ ਦੁਬਾਰਾ ਐਪਲੀਕੇਸ਼ਨ ਤਿਆਰ ਕਰਕੇ, ਦੈਨ ਵੀ ਕਲ ਆਈ ਐਮ ਫਾਈਲਿੰਗ ਫੋਰ ਦਾ ਫਸਟ ਟਾਈਮ ਐਕਚੁਅਲੀ, ਆਈ ਮੀਨ ਫੋਰ ਦਿਸ ਸੈਕਿੰਡ ਟਾਈਮ ਫੋਰ ਯੂ। ਸੋ ਟਿਪੀਕਲੀ ਵਾਟ ਹੈਪਨਸ ਇਜ਼ ਕਿ ਜੋ ਸਾਰੀ ਜੋ
ਜੋ ਪੈਕੇਜ ਹੈ ਤਿਆਰ ਕਰਕੇ ਉਹਦੇ ਵਿੱਚ, ਉਹਦੇ ਬਾਅਦ ਫਿਰ ਮੈਂ ਉੱਪਰ ਆਪਣਾ ਇੱਕ ਲੈਟਰ ਲਿਖਦਾ, ਦੈਟਸ ਅ ਲੈਟਰ ਫਰੋਮ ਮਾਈ ਸਾਈਡ ਟੂ ਦ ਵੀਜ਼ਾ ਆਫਿਸਰ। ਓਕੇ, ਤੇ ਸਾਰੀ ਐਪਲੀਕੇਸ਼ਨ ਤੇ ਚਲੋ ਜੋ ਕੁਛ ਹੈ ਹੈ, ਜੋ ਐਪਲੀਕੇਸ਼ਨ ਤੇ ਮੈਂ ਕੁਛ ਦਲੀਲ ਮੈਂ ਪੇਸ਼ ਕਰਦਾ ਹੈ, ਮਤਲਬ ਮੇਰਾ ਇੱਕ ਹੈ ਜੋ ਜੋ ਮੇਰੇ ਕੋਲ ਜੋ ਫਾਰਮੂਲਾ ਹੈ ਉਹ ਫਿਰ ਮੈਂ ਉਹਨਾਂ ਨੂੰ ਦਲੀਲ ਦੇ ਕੇ ਦੱਸਦਾ ਕਿ ਵੀ ਅਕੋਰਡਿੰਗ ਟੂ ਸੈਕਸ਼ਨ ਲਾਅ, ਅਕੋਰਡਿੰਗ ਟੂ ਇਹ ਬੰਦਾ ਵਾਪਿਸ ਆਏਗਾ ਨਹੀਂ ਆਏਗਾ, ਇਹ ਆਏਗਾ ਨਹੀਂ ਤਾਂ ਕੀ ਹੋਏਗਾ, ਅਗਰ ਜੇ ਨਹੀਂ ਆਏਗਾ ਤਾਂ ਕੀ ਹੋਏਗਾ, ਲਾਅ ਅਕੋਰਡਿੰਗ ਟੂ ਸੈਕਸ਼ਨ ਆਫ ਲਾਅ ਫਿਰ ਮੈਂ ਉਹਨਾਂ ਨੂੰ ਦੱਸਦਾ ਕਿ ਵੀ ਦਿਸ ਇਜ਼ ਵਾਟ ਆਈ ਫੀਲ। ਸੋ ਉਹਦੇ ਬਾਅਦ ਫਿਰ ਉਹਦੇ ਡਿਸਾਈਡ ਯੈਸ ਔਰ ਨੋ। ਇੱਕ ਵਾਰ ਮੈਂ ਐਕਚੁਲੀ ਕਿਸੇ ਦਾ ਤੁਸੀਂ ਦੇਖਿਆ ਹੋਣਾ, ਇੱਕ ਰੈਂਟ ਸੀਲ ਵਾਲਾ ਇੱਕ ਬੰਦਾ ਸੀ ਪਿਛਲੇ ਇੱਕ ਦੋ ਮਹੀਨੇ ਪਹਿਲਾਂ, ਉਹਨਾਂ ਨੂੰ ਇੱਕ ਦੋ ਵਾਰ ਸ਼ਾਇਦ ਰਿਫਿਊਜ਼ ਹੋ ਗਏ ਸੀ ਵੀਜ਼ੇ। ਸੋ ਉਹਨਾਂ ਨੂੰ ਫਿਰ ਮੈਂ ਸੈਕਸ਼ਨ ਆਫ ਲਾਅ ਦੇਖ ਕੇ ਉਹਨਾਂ ਨੂੰ ਦੱਸਿਆ ਕਿ ਬਈ ਤੁਸੀਂ ਜਿਹੜਾ ਇਹ ਜਿਹੜਾ ਇਹ ਪ੍ਰਪੋਜ਼ ਕਰਦੇ ਹੋ ਕਿ ਬੰਦੇ ਨੇ ਵਾਪਸ ਨਹੀਂ ਆਉਣਾ, ਹਾਉ ਕੈਨ ਯੂ ਈਵਨ ਸੇ ਵਾਪਸ ਨਹੀਂ ਆਉਣਾ, ਅਕੋਰਡਿੰਗ ਟੂ ਫਲਾਣੇ ਫਲਾਣੇ ਕੇਸ ਜਿਹੜਾ ਪੁਰਾਣੇ ਹੋਏ ਆ, ਉਸ ਕੇਸ ਵਿੱਚ ਇੱਦਾਂ ਹੀ ਦਾ ਬੰਦਾ ਇਸ ਤਰ੍ਹਾਂ ਦੀ ਐਪਲੀਕੇਸ਼ਨ ਅਕੋਰਡਿੰਗ ਟੂ ਦਿਸ ਸੈਕਸ਼ਨ ਆਫ ਲਾਅ ਤੁਸੀਂ ਆਪ ਵੀਜ਼ਾ ਦਿੱਤਾ ਹੋਇਆ ਤੇ ਮੁੜ ਕੇ ਆਇਆ ਵੀ ਹੈ ਤੇ ਇਹ ਵੀ ਉਸੇ ਕੈਟੇਗਰੀ ਬਿਲੋਂਗ ਕਰਦਾ। ਜੀ ਸਰ ਬਿਲਕੁਲ। ਹਾਂ, ਸੋ ਉਹਨਾਂ ਨੂੰ ਵੀਜ਼ਾ ਮਿਲਿਆ। ਓਕੇ, ਚਲੋ ਕਿਸਮਤ ਦੇਖੀ ਨਾ, ਸੰਜੋਗ ਹੈ, ਕਿਸੇ ਦਾ ਦਾਣਾ ਕਿਸੇ ਦਾ ਦਾਣਾ ਪਾਣੀ ਪਹਿਲਾਂ ਸ਼ੁਰੂ ਹੋਇਆ, ਕਿਸੇ ਦਾ ਬਾਅਦ ਚ ਸ਼ੁਰੂ ਹੋਇਆ, ਬੱਚੇ ਨਹੀਂ। ਠੀਕ ਹੈ ਠੀਕ ਹੈ, ਚਲੋ ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ, ਤੇ ਫਿਰ ਆਪਾਂ ਕਰਦੇ ਹਾਂ, ਫਿਰ ਮਿਲਦੇ ਹਾਂ। ਓਕੇ ਸਰ, ਓਕੇ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਬਾਏ।